खातिर छड़ जाए साजा हक आउंदा तब जे पहली दी खातिर छड़ जाए साजा हक आउंदा तब जे फेरनी पही पट जाए मुरा है कसाई तो दसो फिर की लेना है ए हो जे भाई तो दसो फिर की लेना है ए हो जे भाई तो ਇਹਦੇ ਵੱਲ ਤੁਰੇ ਕਿਵੇਂ ਹੋ ਨੌਜਵਾਨ ਹੋ ਜਦ ਕਿ ਵੇਖਿਆ ਜਾਵੇ ਨੌਜਵਾਨ ਨੂੰ ਇਹ ਹੁੰਦਾ ਵੀ ਸਾਨੂੰ ਮਹਾਰਤ ਜਾਂ ਜਿਹੜੀ ਸ਼ੌਹਰਤ ਪਹਿਲਾਂ ਮਿਲ ਜਾਵੇ ਪਰ ਇਹ ਔਖੀ ਰਾਹ ਕਿਵੇਂ ਚੁਣੀ ਲਿਖਾਰੀ ਲਿਖਤਕਾਰ ਮੇਰੇ ਹਿਸਾਬ ਨਾਲ ਉਹ ਬੰਦਾ ਸਹੀ ਹੁੰਦਾ ਜੋ ਦੁਨੀਆ ਦੀ ਚੀਜ਼ ਨੂੰ ਅੱਗੇ ਲੈ ਕੇ ਆਵੇ ਤੁਹਾਨੂੰ ਕਿਹੜੀ ਜਨਰੇਸ਼ਨ ਪਸੰਦ ਕਰਦੀ ਜਿਵੇਂ ਫੋਕ ਗਾਉਣੇ ਹੋ ਬਜ਼ੁਰਗ ਜ਼ਿਆਦਾ ਪਸੰਦ ਕਰਦੇ ਨੇ ਜਾਂ ਨੌਜਵਾਨ ਵੀ ਕਰਦੇ ਨੇ ਬੀਬੀਆਂ ਵੀ ਕਰਦੀਆਂ ਨੇ ਕਦੇ ਆਏ ਨਹੀਂ ਸੋਚ ਕੇ ਕੱਢਿਆ ਗਾਣਾ ਵੀ ਅਸੀਂ ਇਹਨਾਂ ਲਈ ਪਰਫੈਕਟ ਵੀ ਆਹੀ ਜ਼ੋਨ ਅਸੀਂ ਕਵਰ ਕਰਨਾ ਜੀ ਤੇ ਵੀ ਉਹ ਟਾਰਗੇਟ ਹੋ ਜਾਵੇ ਤੇ ਬਾਪਾਂ ਨੂੰ ਇਹ ਸੁਣ ਲੈਣ ਬਸ ਕਾਫੀ ਆ ਨਹੀਂ ਅਸੀਂ ਕਦੇ ਇਹ ਨਹੀਂ ਸੋਚਿਆ ਤੇ ਉਹ ਗਰੀਬੀ ਤੋਂ ਉੱਠ ਕੇ ਆਪਾਂ ਅੱਗੇ ਕਿੱਦਾਂ ਆਉਣਾ ਉਹ ਚੀਜ਼ ਆਪਣੇ ਤੇ ਡਿਪੈਂਡ ਕਰਦੀ ਆ ਆਪਾਂ ਆਪਣੇ ਕਿੰਨੀ ਕੁ ਚਾਦਰ ਦੇਖ ਕੇ ਪੈਰ ਪਸਾਰਨੇ ਆ कौन किसे दा खांदा है ता आपो अपने कर्म हुंदे ने कौन किसे दा खांदा है ता आपो अपने कर्म हुंदे ने कौन किसे दा खांदा है ता आपो अपने कर्म हुंदे ने रोजाना स्पोक्समैन टीवी देख रहे सारे दर्शकों का स्वागत है। जदों भी सरदारां दी गल हुंदी है तां सरदारां दी चढ़दी गल जरूर हुंदी है। उन्हां वल्लों कढ़ियां गईयां झंडियां अज भी हर थां दे काबज ने ते किसे ने अज तक नहीं पट सकी। चाहे गल होवे स्टडी दे खेतर दी, चाहे गल होवे कलाकारी दी, चाहे गल होवे जंग दे मैदान दी जां फिर खेड दे खेतर दी। साढ़े नाल अज अजिहे कुछ कलाकार ने जिन्हां ने कला दे मैदान दे विच अजिही झंडी गड्डी है ते गां दी गां ਨਵੀਆਂ ਮੰਜ਼ਲਾਂ ਸਰ ਕਰਦੇ ਜਾ ਰਹੇ ਨੇ। ਮੈਂ ਗੱਲ ਕਰ ਰਿਹਾ ਰੰਗਲੇ ਸਰਦਾਰਾਂ ਦੀ। ਸੱਤ ਵਿੱਚ ਜੋ ਆ ਕੇ ਬੋਲੇ ਘਰ ਦੇ ਸਭ ਭੇਤ ਜੋ ਖੋਲੇ ਸੱਤ ਵਿੱਚ ਜੋ ਆ ਕੇ ਬੋਲੇ ਘਰ ਦੇ ਸਭ ਭੇਤ ਜੋ ਖੋਲੇ ਹੋ ਕੇ ਜਿਹੜੀ ਅੱਖ ਓਲੇ ਨਗਰ ਮਲਾਉਂਦੀ ਏ ਇਹੋ ਜਿਹੀ ਔਰਤ ਮਿੱਤਰਾਂ ਕਿਸੇ ਦੇ ਆਉਂਦੀ ਏ ਇਹੋ ਜਿਹੀ ਔਰਤ ਮਿੱਤਰਾਂ ਕਿਸੇ ਦੇ ਆਉਂਦੀ ਏ ਇਹੋ ਜਿਹੀ ਔਰਤ ਮਿੱਤਰਾਂ ਪਹਿਲੀ ਦੀ ਖਾਤਰ ਛੱਡ ਜਾਏ ਸਾਡਾ ਹੱਕ ਆਉਂਦਾ ਤਬ ਜੇ ਪਹਿਲੀ ਦੀ ਖਾਤਰ ਛੱਡ ਜਾਏ ਸਾਡਾ ਹੱਕ ਆਉਂਦਾ ਤਬ ਜੇ ਦੱਸੋ ਫਿਰ ਕੀ ਲੈਣਾ ਏ ਇਹੋ ਜੇ ਭਾਈ ਤੋਂ ਦੱਸੋ ਫਿਰ ਕੀ ਲੈਣਾ ਏ ਇਹੋ ਜੇ ਭਾਈ ਤੋਂ ਦੱਸੋ ਫਿਰ ਕੀ ਲੈਣਾ ਏ ਬਹੁਤ ਖੂਬ ਪ੍ਰੋਗਰਾਮ ਦਾ ਆਗਾਜ਼ ਆਪਣੀ ਕਲਾਕਾਰੀ ਦੇ ਨਾਲ ਬਹੁਤ ਸੋਹਣਾ ਕਰ ਦਿੱਤਾ ਆ ਤੇ ਜੇ ਤਾਰੂਫ ਦੀ ਗੱਲ ਕਰਦੀ ਹੈ ਤਾਰੂਫ ਆਪਣਾ ਰੰਗਲੇ ਸਰਦਾਰ ਖੁਦ ਕਰਾਉਣਗੇ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਆਜ਼ਮ ਖਾਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਿੰਦਰ ਬੇਟਾ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਸਬਰ ਸਿੰਘ ਖੋਖਰ।
महारत हासिल हो गई है हासिल कर लिया इस वक्त क्योंकि रंगले सरदारा का जो अंदाज है वह नवेकला आ वखरा आ सो आप इन्हों तो जानते हैं कि इन्होंने शुरुआत किवें की आज भी तुहाडे तो शुरुआत करते हैं गायकी तुहाडी बहुत बाकमाल है बहुत वधिया आ सो रंगले सरदार का यह समूह इकट्ठा किवें होया रंगले सरदार का जो भरा साढ़े सारे असं इकट्ठे हुए हैं सारे नो पहला मैं अर्शवीर नू मिलिया सीगा जी ते उत्थों असीं कॉलेज साढ़े सुखानंद कॉलेज हुंदा सीगा उत्थों ही साढ़े इकट्ठे असीं आउणा एक वीरा हुंदा साडा जंगीर सिंह बराड़ जी सही उहने मैनूं बुलाया सी वीरे ने ते उहदे थ्रू अर्श नाल मेरी मुलाकात होई तां उदां ही अगे अगे असीं सारे भरा इकट्ठे हुंदे गए फिर अच्छा अर्श नाल पहला मुलाकात होई तुहाडी फिर तुसीं होए अर्श तो जान लैने अर्श मुलाकात तुहाडी जिहड़ी होई सी किवें होई सी राबता बणिया किवें सी ਆਪਣੇ ਜਦੋਂ ਯੂਥ ਫੈਸਟੀਵਲ ਹੁੰਦੇ ਆ ਜੀ ਤੇ ਮੇਰਾ ਕੰਟੈਕਟ ਸੀਗਾ ਜਗੀਰ ਸਿੰਘ ਬਰਾੜ ਨਾਲ ਮੈਂ ਉਹਨਾਂ ਨਾਲ ਕੰਮ ਕਰਦਾ ਸੀਗਾ ਜੀ ਵੀਰੇ ਤੋਂ ਹੀ ਮੈਂ ਸਿੱਖਿਆ ਜੋ ਤੂੰਬਾ ਤੂੰਬੀ ਤੇ ਉਹਨਾਂ ਨੇ ਫਿਰ ਸੰਮੀ ਦੀ ਟੀਮ ਤਿਆਰ ਕਰਵਾਈ ਸੀ ਉੱਥੇ ਇਹਨਾਂ ਦੇ ਸਿਸਟਰ ਆ ਉਹ ਵੀ ਬਹੁਤ ਸੋਹਣਾ ਗਾਉਂਦੇ ਆ ਬਾਕਮਾਲ ਗਾਉਂਦੇ ਆ ਤੇ ਅਸੀਂ ਇਕੱਠੇ ਜਾਂਦੇ ਸੀ ਸਫ਼ਰ 'ਚ ਵੀ ਜਦੋਂ ਇਹਨਾਂ ਨੂੰ ਲੈ ਕੇ ਜਾਣਾ ਨਾਲ ਤੇ ਆਈ ਸਾਂਝ ਪੈ ਗਈ ਇੱਕ ਦਿਨ ਫਿਰ ਪ੍ਰੋਗਰਾਮ 'ਤੇ ਇਹਨਾਂ ਨੂੰ ਸੱਦਿਆ ਵੀਰੇ ਨੇ ਤੇ ਉੱਥੇ ਹੋਰ ਮੁਹੱਬਤ ਸਾਡੀ ਗੂੜੀ ਹੋ ਗਈ ਸਾਨੂੰ ਲੱਗਿਆ ਵੀ ਅਸੀਂ ਇਕੱਠੇ ਕੁਛ ਕਰ ਸਕਦੇ ਹਾਂ ਤੇ ਉੱਥੇ ਬਸ ਉਦੋਂ ਬਾਅਦ ਮਤਲਬ ਜਿਹੜੀ ਪੌੜੀ ਚੜ੍ਹਨਾ ਸ਼ੁਰੂ ਹੋ ਗਿਆ ਉਦੋਂ ਬਾਅਦ ਅੱਛਾ ਬਾਕੀ ਫਿਰ ਵੀਰ ਕਿਵੇਂ ਮਿਲੇ ਸਾਰੇ ਜਿਹੜੇ ਬਾਕੀ ਇੱਦਾਂ ਸੀ ਸਬਰ ਸਿੰਘ ਖੋਖਰ ਨੂੰ ਮੈਂ ਮਿਲਿਆ ਉੱਥੋਂ ਇਹਨਾਂ ਦੇ ਪਿੰਡ ਤੋਂ ਆਲਮਾਲੇ ਤੋਂ ਜੀ ਮਤਲਬ ਫਰੈਂਡ ਆ ਮੇਰਾ ਮੈਂ ਉਹਨਾਂ ਕੋਲੇ ਜਾਂਦਾ ਸੀ ਉਹਨਾਂ ਨੇ ਕੰਟੈਕਟ ਕਰਵਾਇਆ ਸੀਗਾ ਤੇ ਜਿਸ ਕਾਰਨ ਮੇਰਾ ਵੀ ਮੇਰੇ ਨਾਲ ਹੀ ਕੰਮ ਕਰਦਾ ਸੀਗਾ ਅਸੀਂ ਇਕੱਠੇ ਫਿਰ ਉੱਥੋਂ ਉਦੋਂ ਮਨਿੰਦਰ ਵੀਰਾ ਜੀ ਸਬਰ ਨਾਲ ਇਹਨਾਂ ਦੀ ਕਾਫੀ ਦੋਸਤੀ ਸੀ ਤੇ ਇਕੱਠੇ ਕਲਾਸਮੇਟ ਸੀ ਵੀ 뮤직 ਡਿਪਾਰਟਮੈਂਟ ਦੇ ਤੇ ਉੱਥੇ ਹੀ ਸਾਡਾ ਮਤਲਬ ਸਮੂਹ ਵੱਜ ਗਿਆ ਤੇ ਪਰਮਾਤਮਾ ਦੀ ਕਿਰਪਾ ਹੋਈ ਆ ਅਸੀਂ ਅੱਜ ਸਾਰੇ ਇਕੱਠੇ ਆ ਅੱਛਾ ਜਿਸ ਕਾਰਨ ਤੁਹਾਡੇ ਤੋਂ ਜਾਣਦੇ ਆ ਜ਼ਮਾਨਾ ਜਿਹੜਾ ਕਿ ਗੱਲ ਕਰ ਲਈਏ ਅੱਜ ਕੱਲ ਵੈਸਟਰਨ ਦਾ ਜ਼ਿਆਦਾ ਜਾਂਦਾ ਹੈ ਕਿਤੇ ਨਾ ਕਿਤੇ ਜਾਂ ਪੌਪ 뮤직 ਜੈਜ਼ 뮤직 ਇਹ ਬੜੇ ਵੱਡੇ ਵੱਡੇ ਨਾਮ ਨੇ 뮤직 ਦੇ ਖੇਤਰ ਦੇ ਵਿੱਚ ਲੇਕਿਨ ਫੋਕ ਦਾ ਜ਼ਮਾਨਾ ਤੁਸੀਂ ਲਿਆਂਦਾ ਇੱਕ ਫੋਕ ਦਾ ਨਵਾਂ ਰਿਵਾਇਤ ਸ਼ੁਰੂ ਕੀਤੀ ਹੈ ਜਿਹੜੇ ਉਹ ਸਾਜ਼ ਨੇ ਜਿਹੜੇ ਕਿਤੇ ਨਾ ਕਿਤੇ ਲੋਕ ਭੁੱਲ ਗਏ ਸੀ ਸੋ ਇਹਦੇ ਵੱਲ ਤੁਰੇ ਕਿਵੇਂ ਹੋ ਨੌਜਵਾਨ ਹੋ ਜਦ ਕਿ ਵੇਖਿਆ ਜਾਵੇ ਨੌਜਵਾਨ ਨੂੰ ਇਹ ਹੁੰਦਾ ਵੀ ਸਾਨੂੰ ਮਹਾਰਤ ਜਾਂ ਜਿਹੜੀ ਸ਼ੌਹਰਤ ਪਹਿਲਾਂ ਮਿਲ ਜਾਵੇ ਪਰ ਇਹ ਔਖੀ ਰਾਹ ਕਿਵੇਂ ਚੁਣੀ ਰਾਹ ਜੀ ਦੇਖੋ ਵੈਸਟਰਨ ਦਾ ਜ਼ਮਾਨਾ ਭਾਵੇਂ ਜਿੰਨਾ ਮਰਜ਼ੀ ਅੱਗੇ ਚੱਲ ਗਿਆ ਹੈ ਪਰ ਜਿਹੜਾ ਫੋਕ ਸਾਜ਼ਾਂ ਦੀ ਟੋਨ ਆ ਇਹਨੇ ਸਵਾਦ ਦੇਣਾ ਉਹ ਵੈਸਟਰਨ ਜਿਹੜਾ ਸਵਾਦ ਨਹੀਂ ਦੇ ਸਕਦੇ ਜਿਹੜੀ ਦੀ ਟੋਨ ਆ ਹੁਣ ਵੀ ਤੁਸੀਂ ਦੇਖਦੇ ਹੋ ਵੈਸਟਰਨ ਦੇ ਵਿੱਚ ਅਲਗੋਜੇ ਮਿਕਸ ਹੁੰਦੇ ਆ ਜੀ ਜੀ ਬਿਲਕੁਲ ਹਾਰਮੋਨੀਅਮ ਜ਼ਰੂਰ ਵੱਜਦਾ ਤੂੰਬੀ ਤਾਂ ਹਜੇ ਵੀ ਟੌਪ 'ਤੇ ਚੱਲੀ ਜਾਂਦੀ ਆ ਤਾਂ ਇਹ ਸਾਡੇ ਕੰਨਾਂ 'ਚ ਪੈਂਦੀ ਰਹਿੰਦੀ ਸੀ ਅਤੇ ਘਰ 'ਚ ਹਾਰਮੋਨੀਅਮ ਸੀਗਾ ਅਤੇ ਸਿੱਖਦੇ ਰਹਿੰਦੇ ਸੀਗੇ ਅੱਛਾ ਅਤੇ ਬਸ ਅੱਗੇ ਵਧੇ ਹੌਲੀ ਘਰ ਘਰ 'ਚ ਮਤਲਬ ਤੁਹਾਡੇ ਪਹਿਲਾਂ ਵੀ ਕੋਈ ਇਸ ਮੌਸਿਕੀ ਜਾਂ ਸੰਗੀਤ ਨਾਲ ਜੁੜਿਆ ਹੋਇਆ ਹਾਂਜੀ ਮੇਰੇ ਪਾਪਾ ਜੀ ਕੁਇਸ਼ਰੀ ਕਰਦੇ ਨੇ ਅੱਛਾ ਜੀ ਅਤੇ ਉਹਨਾਂ ਨੇ ਮੈਨੂੰ ਛੋਟੇ ਹੁੰਦੇ ਨੂੰ ਹੀ ਮੈਨੂੰ ਹਾਰਮੋਨੀਅਮ ਲਿਆਤਾ ਸੀਗਾ ਤੇ ਸਿੱਖਿਆ ਤਾਂ ਮੈਂ ਨਹੀਂ ਕਿਤੋਂ ਬਸ ਘਰੇ ਬੈਠਾ ਹੀ ਮੈਂ ਖੋਲ ਲੈਂਦਾ ਸੀਗਾ ਖੂਨ 'ਚ ਸੀ ਕਿਤੇ ਨਾ ਕਿਤੇ ਹਾਂਜੀ ਅਤੇ ਉਹਦੇ ਨਾਲ ਪਲੇ ਕਰਦਾ ਰਹਿੰਦਾ ਸੀ ਫਿਰ ਜਦੋਂ ਥੋੜ੍ਹਾ ਵੱਡਾ ਹੋਇਆ ਤਾਂ ਹੈੱਡਫੋਨਸ ਲਗਾ ਲੈਣੇ ਬੰਦ ਕਰਕੇ ਕਮਰੇ 'ਚ ਬੈਠਾ ਰਹਿਣਾ 6-6 ਘੰਟੇ ਗੀਤਾਂ ਦੇ ਨਾਲ ਟੋਨ ਮਿਲਾਈ ਜਾਣੀ ਉਹਦੇ ਨਾਲ ਮੈਨੂੰ ਸੁਰ ਗਿਆਨ ਹੋ ਗਿਆ ਬਾਈ ਵਾਹ ਅਤੇ ਬਸ ਉਹਦੇ ਨਾਲ ਥੋੜ੍ਹਾ ਹੱਥ ਖੁੱਲ੍ਹ ਗਿਆ ਮਤਲਬ ਮਿਹਨਤ ਜਿਹੜੀ ਕੀਤੀ ਉਹ ਰਾਸ ਆ ਗਈ ਆ ਅਤੇ ਅਗਲੀਆਂ ਹਰੇ ਬੁਲੰਦੀਆਂ ਵੱਲ ਜਾ ਰਹੇ ਹੋ ਅਸੀਂ ਬਿੱਟਾ ਜੀ ਨਾਲ ਗੱਲ ਕਰਨੇ ਚਾਹੁੰਦੇ ਹਾਂ ਵੀ ਬਿੱਟਾ ਜੀ ਤੁਸੀਂ ਉਹ ਕਹਿ ਰਹੇ ਨੇ ਵੀ ਫੈਸਟੀਵਲ ਦੇ ਵਿੱਚ ਮਿਲਣਾ ਜਾਂ ਵੈਸੇ ਕਿਤੇ ਕਈ ਐਸੇ ਯੁਵਕ ਮੇਲੇ ਜਾਂ ਉਦੋਂ ਇਲਾਵਾ ਕਈ ਪ੍ਰੋਗਰਾਮ 'ਚ ਮਿਲਦੇ ਰਹਿੰਦੇ ਹੋ ਗਾਇਕੀ ਬੜੀ ਬਾਕਮਾਲ ਹੈ ਖੂਬਸੂਰਤ ਹੈ ਤੁਸੀਂ ਇਹਦੇ ਵੱਲ ਫੋਕ ਵੱਲ ਕਿਵੇਂ ਤੁਰੇ ਤੁਸੀਂ ਵੀ ਫੋਕ ਵੱਲ ਕਿਉਂਕਿ ਪਹਿਲਾਂ ਤਾਂ ਮੈਂ ਜ਼ਿਆਦਾ ਕਲਾਸੀਕਲ ਸੁਣਦਾ ਹੁੰਦਾ ਸੀ ਅੱਛਾ ਅਤੇ ਜਾਣੀ ਕਿ ਜ਼ਿਆਦਾ ਹੀ ਥੋੜ੍ਹਾ ਟੇਢਾ ਮੇਟਾ ਗਾਣਾ ਫਿਰ ਮੈਨੂੰ ਲੱਗਿਆ ਕਿ ਮੇਰੇ ਵੱਸ ਦੀ ਗੱਲ ਨਹੀਂ ਹੈਗੀ ਹੈ ਨਾ ਮੈਂ ਜੱਟਾਂ ਦਾ ਮੁੰਡਾ ਅਤੇ ਉਹਦੇ ਲਈ ਮਿਹਨਤ ਬਹੁਤ ਜ਼ਿਆਦਾ ਚਾਹੀਦੀ ਕਰ ਤਾਂ ਕੋਈ ਵੀ ਸਕਦਾ ਜੱਟਾਂ ਦੀ ਜਾਂ ਕੋਈ ਉਹ ਗੱਲ ਨਹੀਂ ਹੈਗੀ ਪਰ ਉਹਦੇ ਲਈ ਮਿਹਨਤ ਬਹੁਤ ਲੱਗਦੀ ਆ ਅਤੇ ਮਿਹਨਤ ਅਸੀਂ ਕਰ ਵੀ ਰਹੇ ਹੌਲੀ ਹੌਲੀ ਪਹਿਲਾਂ ਫੋਕ ਕਿਉਂਕਿ ਜਿਹੜਾ ਬੇਸਿਕ ਆ ਉਹ ਫੋਕ ਆ ਨਾ ਫਿਰ ਹੌਲੀ ਹੌਲੀ ਬੰਦਾ ਅੱਗੇ ਸਟੈਪ ਬਾਏ ਸਟੈਪ ਜਾਂਦਾ ਅਤੇ ਫਿਰ ਅਸੀਂ ਧਰਮਕੋਟ ਬਾਬਾ ਜੀ ਸਾਡੇ ਬਾਬਾ ਜੋਰਾ ਸਿੰਘ ਜੀ ਜੀ ਉਹਨਾਂ ਕੋਲੋਂ ਅਸੀਂ ਸਿੱਖ ਰਹੇ ਹਾਂ ਮੈਂ ਅਰਸ਼ ਅਤੇ ਖੋਖਰ ਅਤੇ ਹੁਣ ਵੀ ਅਸੀਂ ਬਾਬਾ ਜੀ ਕੋਲ ਜਾਂਦੇ ਹੁੰਦੇ ਹਾਂ ਜਿਵੇਂ ਜਿਵੇਂ ਸਾਡਾ ਹੁਣ ਐਕਸਪੀਰੀਅੰਸ ਵੱਧਦਾ ਜਾਊਗਾ ਫਿਰ ਅਸੀਂ ਕਲਾਸੀਕਲ ਜਾਂ ਜੋ ਉਹ ਵੀ ਹੈਗਾ ਉਹ ਵੀ ਨਾਲ ਨਾਲ ਕਰਾਂਗੇ ਜ਼ਰੂਰ ਮਤਲਬ ਕਿ ਕਲਾਸੀਕਲ ਤੋਂ ਸ਼ੁਰੂਆਤ ਕੀਤੀ ਸ਼ਾਸਤਰੀ ਸੰਗੀਤ ਤੋਂ ਫੋਕ ਦੇ ਵੱਲ ਆ ਗਏ ਪਹਿਲਾਂ ਫੋਕ ਤੇ ਪਕੜ ਬਣਾਉਣੀ ਹੈ ਹਾਂਜੀ ਸੋ ਕਿੰਨਾ ਕੁ ਫਰਕ ਹੈ ਸ਼ਾਸਤਰੀ ਸੰਗੀਤ ਅਤੇ ਫੋਕ ਦਾ ਕਿੰਨਾ ਕੁ ਫਰਕ ਹੈ ਬਹੁਤ ਜ਼ਿਆਦਾ ਫਰਕ ਹੈ ਜੀ ਉਹਦਾ ਤਾਂ ਕਿਉਂਕਿ ਉਹਦੇ 'ਚ ਜਿਹੜਾ ਹੈਗਾ ਤੁਹਾਡਾ ਰਿਆਜ਼ ਬਹੁਤ ਜ਼ਿਆਦਾ ਚਾਹੀਦਾ ਸ਼ਾਸਤਰੀ ਵਾਸਤੇ ਹਾਂਜੀ ਗਲੇ ਦਾ ਧਿਆਨ ਰੱਖਣਾ ਪੈਂਦਾ ਕਾਫੀ ਜ਼ਿਆਦਾ
रंगले सरदार बारे जिन्ना कसी तक सुनिया मोस्टली गाने लिखे होंगे ने जो तुम आगाज किया लिखा हुआ कलम के ना गायकी कलम ज्यादा औखी है गायकी पहला तो चीजा दोनों ही औखिया जी जेड़ा बंदा मेहनत करूगा ओनू तो सारिया सौखिया लगनगिया जेड़ा नहीं करता औखिया भी लगनगिया लगन हाँ जी गायकी सब तो पहला मैं लिखता हुंदा सी अठवीं क्लास तो कोई अखर लै लेना ओनू जोड़ी जाना उई बन जाना सवाद आप टुक बन जानी ओदी बन जानी आप नू भी ना सवाद जाना आई हौली 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 अगे वधदे वधदे लिखत आप आप दे आसे पासे ही पई अपने कोई भी गीत अपने आसे पासे है जी देख लो ध्यान देन दी बिल्कुल 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 कोई भी बंदा काम चंगा कर रहा माड़ा कर रहा ओदे ते गीत बनाउणा बस अपने वास्ते यही चीज़ है जी ओदे वास्ते लिखो जो सच्चाई है जी जो अपना आला दुआला जी लिखारी बंदा एक शीशा जी जिन्हें अगे कलाकार ने अगे पेश करनी चीज़ दुनियावी चीज़ जी दुनिया च हो रही है वाह सच्चाई लिखारी लिखतकार मेरे हिसाब नाल वह बंदा सही हुंदा है जो दुनिया की चीज़ नूं अगे लैके आवे सच्चाई नूं अगे ले आवे सो कलम दे विच ताकत वाकई हुंदी है सच लिखण दी ताकत जिहड़ी कि सब तो तलवार दी धार तो भी तेज हुंदी है जे कलम दी गल कर लईए अर्श जानना चाहुंदे हां कि ग्रुप दी शुरुआत कर लई है तुसीं दोवां ने पहलां मिले हो तुसीं ते आज़म मिले हो सो पहला उह गीत किहड़ा सी जदों सारा ग्रुप इकट्ठा हो के गीत गाया सी ਪਹਿਲਾਂ ਮਨਿੰਦਰ ਵੀਰੇ ਹੁਣਾਂ ਨੇ ਇਹਨਾਂ ਨੇ ਕੀਤਾ ਸੀਗਾ ਮੁੰਡਾ ਨਾਲ ਸਾਡੇ ਸੀਗਾ ਵਿੱਕੀ ਜੀ ਕਪੂਰੇ ਦਾ ਉਹ ਗਾਣਾ ਕਾਫੀ ਵਾਇਰਲ ਹੋਇਆ ਸੀਗਾ ਅੱਜ ਹੁਣ ਅਕਲਾਂ 'ਚ ਵੈਰ ਕੱਢ ਗਏ ਸ਼ਾਇਦ ਤੁਸੀਂ ਸੁਣਿਆ ਹੋਵੇ ਜੀ 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 ਅਤੇ ਫਿਰ ਕੀ ਹੋਇਆ ਫਿਰ ਅਸੀਂ ਮਤਲਬ ਸਾਡੇ ਇੰਸਟਰੂਮੈਂਟ ਸੀ ਸਾਡੇ ਕੋਲ ਕੁਛ ਕੁ ਉਹ ਕਿਰਪਾ ਸੀ ਵਾਹਿਗੁਰੂ ਦੀ ਅਸੀਂ ਇਕੱਠੇ ਹੋਏ ਅਸੀਂ ਗਾਇਆ ਸੀਗਾ ਗੈਰੀ ਸੰਧੂ ਦਾ ਗਾਣਾ ਮੌਤ ਮਾਰ ਦੀ ਨਾ ਬੰਦੇ ਬੰਦੇ ਨੂੰ ਈਗੋ ਮਾਰ ਦੀ ਮਤਲਬ ਤਿਆਰੀ ਕਰਦੇ ਹੁੰਦੇ ਸੀ ਬਿੱਟੇ ਕੇ ਘਰੇ ਜੀ ਇਹਨਾਂ ਦੇ ਘਰੇ ਹੋ ਜਾਣਾ ਲਾਈਵ ਹੋ ਜਾਣਾ ਤੇ ਹੌਲੀ ਹੌਲੀ ਜਿਵੇਂ ਸੋਸ਼ਲ ਮੀਡੀਆ ਥੋੜ੍ਹਾ ਜਿਹਾ ਆਪਾਂ ਨੂੰ ਜ਼ਿਆਦਾ ਉਹ ਸਟਰੈਂਥ ਦੇ ਦਿੰਦਾ ਅਤੇ ਉੱਥੋਂ ਸਾਨੂੰ ਕਾਫੀ ਮਤਲਬ ਹੁੰਗਾਰਾ ਆਇਆ ਫਿਰ ਜਿੱਦਾਂ ਜਿੱਦਾਂ ਕਿਉਂਕਿ ਆਪਾਂ ਵੀ ਪਹਿਲਾਂ ਸੁਣਨ ਦੇ ਸ਼ੌਕੀਨ ਹੁੰਦੇ ਹਾਂ ਜਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗ ਗਏ ਆਪਾਂ ਅਕਸਰ ਹੀ ਗੁਣ ਗਣਾਉਂਦੇ ਹਾਂ ਬਿਲਕੁਲ ਅਤੇ ਆਪਾਂ ਆਪਣੇ ਸਾਜ਼ਾਂ 'ਤੇ ਉਹਨੂੰ ਮਤਲਬ ਲੈ ਕੇ ਆਉਂਦੇ ਹਾਂ ਕੱਢਦੇ ਹਾਂ ਅਤੇ ਉਵੇਂ ਉਵੇਂ ਰਿਸਪੋਂਸ ਮਿਲੀ ਗਿਆ ਹੌਲੀ ਹੌਲੀ ਫਿਰ ਜਿਵੇਂ ਸਾਡੇ ਆਪਦੇ ਗੀਤ ਸੀਗੇ ਮਨਿੰਦਰ ਵੀਰਾ ਕੰਪੋਜ਼ ਕਰਦਾ ਉਹਨਾਂ ਨੂੰ ਗਾਣਿਆਂ ਨੂੰ ਅਤੇ ਫਿਰ ਅਸੀਂ ਬੈਠ ਕੇ ਉਹਨਾਂ ਨੂੰ ਬਣਾਉਣ ਲੱਗੇ ਜੇ ਕਮਰਸ਼ੀਅਲੀ ਜਾਂ ਕਹਿ ਦਈਏ ਤਾਂ ਆਹ ਕਰਮ ਗਾਣਾ ਹੀ ਆਇਆ ਉਦੋਂ ਪਹਿਲਾਂ ਅਸੀਂ ਉੱਦਾਂ ਮਤਲਬ ਬਣਾ ਕੇ ਘਰੇ ਫੋਨ 'ਤੇ ਵੀਡੀਓ ਬਣਾ ਲੈਣੀ ਅਤੇ ਪਾ ਦੇਣੀ ਅਤੇ ਉੱਦਾਂ ਸਾਨੂੰ ਰਿਸਪੋਂਸ ਕਾਫੀ ਮਿਲਿਆ ਕਿਸੇ ਨਾ ਕਿਸੇ ਦਾ ਕਵਰ ਸੌਂਗ ਵੀ ਤੁਸੀਂ ਕਰਦੇ ਰਹੇ ਹੋ ਹੈ ਨਾ ਅਤੇ ਜ਼ਿਆਦਾ ਜ਼ਿਆਦਾ ਜਦੋਂ ਸੌਂਗ ਦੀ ਗੱਲ ਕਰਦੇ ਹਾਂ ਮੈਂ ਆਸਮ ਨਾਲ ਤੋਂ ਗੱਲ ਕਰ ਰਿਹਾ ਆਸਮ ਕਹਿੰਦਾ ਯੂਟਿਊਬ ਦਾ ਵੀਡੀਓ ਅੱਜ ਕੱਲ੍ਹ ਜਿਹੜੇ ਗਾਇਕਾਂ ਦੀ ਕਿਤੇ ਨਾ ਕਿਤੇ ਗੱਲ ਹੈ ਵੀ ਯੂਟਿਊਬ 'ਤੇ ਵੀਡੀਓ ਪੈਂਦੀ ਹੈ ਤਾਂ 2 ਘੰਟਿਆਂ ਵਧੀਆ ਸ਼ੋਅ ਕਰਦੇ ਨੇ ਫਲਾਨੇ ਮਿਲੀਅਨ ਹੋ ਗਏ ਜੀ ਇੰਨੇ ਲੱਖ ਵਿਊਜ਼ ਹੋ ਗਏ ਆਜ਼ਮ ਨੇ ਮੈਨੂੰ ਇਹ ਗੱਲ ਕਹੀ ਕਿ 2 ਘੰਟਿਆਂ ਬਾਅਦ ਥੱਲੇ ਮੈਸੇਜ ਆਉਂਦਾ ਬਈ ਅਗਲਾ ਗਾਣਾ ਕਦੋਂ ਕਰਨਾ ਆ ਬਿਲਕੁਲ ਕੀ ਮਤਲਬ ਆਜ਼ਮ ਇਹੋ ਜਿਹਾ ਜਦੋਂ ਰਿਸਪੋਂਸ ਮਿਲਦਾ ਆ ਤੁਸੀਂ ਮਿਲੀਅਨ ਜਾਂ ਵਿਊਜ਼ ਦੀ ਗੱਲ ਨਹੀਂ ਕਰਦੇ ਆਪਾਂ ਪਰ ਜਦੋਂ ਇਹੋ ਜਿਹਾ ਰਿਸਪੋਂਸ ਮਿਲਦਾ ਵੀ 2 ਘੰਟਿਆਂ ਬਾਅਦ ਤੁਹਾਨੂੰ ਥੱਲੇ ਕਮੈਂਟ ਦੇ ਵਿੱਚ ਮੈਸੇਜ ਆਉਂਦਾ ਅਗਲਾ ਗਾਣਾ ਕਦੋਂ ਕਰਨਾ ਕੀ ਮਹਿਸੂਸ ਹੁੰਦਾ ਬਹੁਤ ਮਤਲਬ ਆਪਣੇ ਆਪ ਨੂੰ ਬਹੁਤ ਚੰਗਾ ਜਿਹਾ ਮਹਿਸੂਸ ਹੁੰਦਾ ਵੀ ਲੋਕ ਸਾਨੂੰ ਵਧੀਆ ਇੱਕ ਕੰਮ ਹੁੰਦਾ ਨਾ ਜਦੋਂ ਆਪਾਂ ਕੋਈ ਚੰਗੇ ਕੰਮ ਕਰਨ ਲੱਗਦੇ ਨਾ ਉਹਦੇ ਵਿੱਚ ਜੇ ਤੁਹਾਡੇ ਨਾਲ 10 ਜਣੇ ਖੜੇ ਆ ਵੀ ਤੁਸੀਂ ਬਹੁਤ ਚੰਗਾ ਕਰ ਰਹੇ ਹੋ 90 ਜਣੇ ਤੁਹਾਡੇ ਨਾਲ ਇਹ ਖੜੇ ਆ ਵੀ ਨਹੀਂ ਥੋੜ੍ਹਾ ਟਾਈਮ ਹੀ ਦੇਖ ਲਾਂਗੇ ਇਹਨਾਂ ਨੂੰ ਕਿੰਨਾ ਟਾਈਮ ਚੱਲਦਾ ਹੈ ਜੇ 50 ਅੱਗੇ ਚੱਲੇ ਪਰ ਉਹ ਆਪਣੀ ਸੋਚ 'ਤੇ ਡਿਪੈਂਡ ਆ ਜੀ ਵੀ ਆਪਾਂ ਉਹ 10 ਦੇਖਣੇ ਆ ਜਾਂ ਉਹ 90 ਦੇਖਣੇ ਆ ਅਗਰ ਤੁਸੀਂ ਉਹ 10 ਨੂੰ ਦੇਖ ਕੇ ਚੱਲੋਗੇ ਤਾਂ ਜਿਹੜੇ ਉਹ 90 ਆ ਉਹਨਾਂ ਨੇ ਕਿਤੇ ਨਾ ਕਿਤੇ ਆਪ ਹੀ ਆਪਣੇ ਆਪ ਨੂੰ ਮਹਿਸੂਸ ਕਰਨਾ ਯਾਰ ਅਸੀਂ ਗਲਤ ਸੀਗੇ ਇੱਥੇ ਹੈ ਨਾ ਇਹ ਬੰਦੇ ਸਹੀ ਸੀਗੇ ਜੀ ਤਾਂ ਉਹੀ ਚੀਜ਼ ਸਾਨੂੰ ਮਹਿਸੂਸ ਹੁੰਦੀ ਅੱਜ ਜਦੋਂ ਸਾਨੂੰ ਥੱਲੇ ਕਮੈਂਟ ਆਉਂਦਾ ਕਿਉਂਕਿ ਜਦੋਂ ਵੀਡੀਓ ਪਾਉਂਦੇ ਹੁੰਦੇ ਸੀ ਬਹੁਤ ਯਾਰ ਦੋਸਤ ਵੀ ਕਈ ਇੱਦਾਂ ਦੇ ਸੀਗੇ ਅੱਜ ਮੈਂ ਕਹਿਣਾ ਚਾਹੂੰਗਾ ਜ਼ਰੂਰ ਉਹਨਾਂ ਨੂੰ ਵੀ ਹੈ ਨਾ ਥੈਂਕ ਯੂ ਉਹਨਾਂ ਦਾ ਉਹਨਾਂ ਨੇ ਇਹ ਚੀਜ਼ਾਂ ਬੋਲੀਆਂ ਵੀ ਅਸੀਂ 50 ਅੱਗੇ ਚੱਲੇ ਜਾਂਦੇ ਆ ਹੈ ਨਾ ਕਿਤੇ ਨਾ ਕਿਤੇ ਨਾ ਜਿਹੜੇ ਤੁਹਾਡੀ ਨਖੇਧੀ ਕਰਦੇ ਨੇ ਜਾਂ ਆਲੋਚਨਾ ਕਰਦੇ ਨੇ ਤੁਹਾਨੂੰ ਇੱਕ ਦਿਸ਼ਾ ਦਿੰਦੇ ਨੇ ਇੱਕ ਜਨੂਨ ਤੁਹਾਡੇ ਅੰਦਰ ਪੈਦਾ ਹੁੰਦਾ ਉਹ ਇੱਦਾਂ ਹੁੰਦਾ ਸੀ ਵੀ 5 ਇਕੱਠੇ ਹੋਇਆ ਦੇਖ ਲਾਂਗੇ ਕਿਸੇ ਟਾਈਮ ਕਿੰਨਾ ਕੁ ਟਾਈਮ ਬੰਦੇ ਮੈਂ ਤਾਂ ਦੱਸਣਾ ਚਾਹੁੰਦਾ ਵੀ ਅਸੀਂ ਲੜਦੇ ਵੀ ਬਹੁਤ ਆ ਜੀ ਵਾਹ ਵੀ ਸਵੇਰੇ ਉੱਠਣ ਸਾਰ ਪਾਠ ਤੋਂ ਪਹਿਲਾਂ ਸਾਡੀ ਲੜਾਈ ਤੋਂ ਸ਼ੁਰੂਆਤ ਹੁੰਦੀ ਆ ਵੀ ਮਤਲਬ ਲੜ ਲੜ ਕਹਿਣ ਸਾਰਾ ਕੁਝ ਕਰਕੇ ਉਦੋਂ ਬਾਅਦ ਚਲੋ ਫਿਰ ਇੱਕ ਦੂਜੇ ਦੇ ਪੱਗਾਂ ਵੀ ਬੰਨ ਦੇਣੀਆਂ ਨੇ ਮੱਕੀ ਡਿਊਟੀ ਲੱਗੀ ਆ ਸਬਰ ਦੀ ਵੀ ਇਹਦੀ ਪੱਗ ਮਨਿੰਦਰ ਦੇ ਸਬਰ ਨੇ ਬੰਨਣੇ ਅੱਛਾ ਨੇ ਬੰਨਣੀ ਹੈ ਜੀ ਠੀਕ ਆ ਵੀ ਉਹ ਇੱਕ ਸਾਡਾ ਆਪਣਾ ਜਨੂਨ ਸੀਗਾ ਹਨਾ ਕਿਉਂਕਿ ਅਸੀਂ ਅੰਦਰੋਂ ਸਾਫ਼ ਆ ਸਾਰੇ ਇੱਕ ਦੂਜੇ ਦੇ ਸਾਨੂੰ ਕੋਈ ਇਹ ਨਹੀਂ ਹੁੰਦਾ ਸਾਡੇ ਕੋਈ ਤੀਜਾ ਬੰਦਾ ਆ ਕੇ ਸਾਡੇ ਵਿੱਚ ਕੋਈ ਗੱਲ ਕਰਦਾ ਨਾ ਅਸੀਂ ਇੱਦਾਂ ਬਿਠਾ ਲੈਂਦੇ ਅਗਲੇ ਨੂੰ ਸਾਹਮਣੇ ਜੀ ਵੀ ਕੀ ਗੱਲ ਹੈ ਕੀ ਬਾਤ ਹੈ ਬਸ ਉਹ ਚੀਜ਼ ਨੇ ਸਾਨੂੰ ਮੋਟੀਵੇਟ ਜੋ ਵੀ ਆ ਸਾਨੂੰ ਕੀਤਾ ਉੱਪਰ ਤੱਕ ਲੈ ਕੇ ਆਂਦਾ ਉਹੀ ਚੀਜ਼ ਨੇ ਲੈ ਕੇ ਆਂਦਾ ਸੋ ਅਸਲ 'ਚ ਵੇਖਿਆ ਜਾਵੇ ਨਾ ਲੜਾਈ ਜ਼ਰੂਰੀ ਹੁੰਦੀ ਹੈ ਪਰਿਵਾਰ ਦੇ ਅੰਦਰ ਜੋ ਤੁਹਾਡੇ ਨਾਲ ਲੜ ਕੇ ਜਾਂ ਤੁਹਾਡੇ ਨਾਲ ਕੋਈ ਕਿਤੇ ਨਾ ਕਿਤੇ ਨਾਰਾਜ਼ਗੀ ਜਤਾਉਂਦਾ ਜਾਂ ਮਤਲਬ ਉਹਨੂੰ ਕੋਈ ਚੀਜ਼ ਗਲਤ ਲੱਗ ਰਹੀ ਹੈ ਤੁਹਾਡੇ ਭਲੇ ਲਈ ਕਰ ਰਹੇ ਹੋ ਅੱਛਾ ਮਨਿੰਦਰ ਦੀ ਗੱਲ ਕਰਦੇ ਮਨਿੰਦਰ ਕਹਿੰਦਾ ਜੱਟਾਂ ਦੇ ਮੁੰਡੇ ਆ ਜ਼ਿਆਦਾ ਸਾਡੇ ਤਾਂ ਨਹੀਂ ਹੁੰਦਾ ਘਰ ਦੇ ਮੰਨ ਗਏ ਸੀ ਜਦੋਂ ਗਾਇਕੀ ਵੱਲ ਤੁਰੇ ਸੀਗੇ
ਹਾਂਜੀ ਵੀਰੇ ਮੈਂ ਬੀਟੈਕ ਚ ਐਡਮਿਸ਼ਨ ਲਈ ਸੀ 2012 ਔਖੀ ਪੜ੍ਹਾਈ ਹੈ ਤੇ ਮੈਂ 2013 ਛੱਡਤੀ ਸੀਗੀ ਮੈਂ ਘਰੇ ਆ ਗਿਆ ਸੀਗਾ ਮੈਂ ਕਿਹਾ ਕਿ ਮੈਂ ਗਾਉਣਾ ਵਾਂ ਤੇ ਪਹਿਲਾਂ ਤਾਂ ਕਾਫੀ ਉਹ ਬੋਲਦੇ ਰਹੇ ਯਾਨੀ ਸਾਲ ਡੇਢ ਸਾਲ ਫਿਰ ਮੈਂ ਬੀਏ ਚ ਐਡਮਿਸ਼ਨ ਲੈ ਲਈ ਸੀਗੀ ਮਿਊਜ਼ਿਕ ਚ ਮਿਊਜ਼ਿਕ ਡਿਪਾਰਟਮੈਂਟ ਚ ਤੇ ਫਿਰ ਥੋੜ੍ਹਾ ਜਿਹਾ ਪਹਿਲਾਂ ਤਾਂ 2 ਸਾਲ ਤਾਂ ਬੋਲਦੇ ਫਿਰ ਮੈਂ ਸਿੱਖਣਾ ਸ਼ੁਰੂ ਕੀਤਾ ਕਹਿੰਦੇ ਵੀ ਇੰਨਾ ਟਾਈਮ ਸਿੱਖੀ ਜਾਂਦਾ ਕੋਈ ਫਰਕ ਤਾਂ ਪੈਣ ਗਿਆ ਫਿਰ ਮੈਂ ਬਾਬਾ ਜੀ ਕੋਲ ਜੋ ਜਾਣਾ ਸ਼ੁਰੂ ਕੀਤਾ ਬਾਬਾ ਜੋਰਾ ਸਿੰਘ ਜੀ ਕੋਲ ਤੇ ਫਿਰ ਕਾਫੀ ਇੰਪਰੂਵਮੈਂਟ ਹੋਈ ਫਿਰ ਕਹਿੰਦੇ ਹੁਣ ਥੋੜ੍ਹਾ ਜਿਹਾ ਫਰਕ ਲੱਗਦਾ ਤੇ ਹੁਣ ਜਿਵੇਂ ਸ਼ੋਅ ਵੀ ਕਰ ਰਹੇ ਹਾਂ ਤੇ ਮਤਲਬ ਪੈਸੇ ਵਗੈਰਾ ਵੀ ਆ ਰਹੇ ਹੁਣ ਤਾਂ ਫਿਰ ਖੁਸ਼ ਹੈਗੇ ਸਮਾਂ ਹੋਰ ਅੱਗੇ ਨਹੀਂ ਦਿੰਦਾ ਆਪਣੇ ਕੋਲ ਗੱਲਾਂ ਕਰਨ ਨੂੰ ਤਾਂ ਬਹੁਤ ਨੇ ਵੀ ਗੱਲਾਂ ਜੀ ਕਰਦਾ ਕਰੀ ਜਾਈਏ ਕਿਉਂਕਿ ਚੰਗਾ ਲੱਗ ਰਿਹਾ ਸੁਣਨਾ ਵੀ ਤੇ ਗੱਲਾਂ ਵੀ ਛੋਟੀ ਜੀ ਰਿਕੁਐਸਟ ਹੈ ਜੀ 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 ਵੀ ਉਹ ਮੈਂ ਜ਼ਰੂਰ ਕਹਿਣੀ ਚਾਹੂੰਗਾ ਬਿਲਕੁਲ ਕਿਉਂ ਇੱਕ ਹੁਣ ਪਿੱਛੇ ਜੇ ਗਾਣਾ ਸਾਡਾ ਰਿਲੀਜ਼ ਹੋਇਆ ਸੀਗਾ ਚਿੱਟੇ ਤੇ ਹਨਾ ਹਾਂਜੀ ਸੋ ਉਹ ਚੀਜ਼ ਤੇ ਮੈਂ ਜ਼ਰੂਰ ਇੱਕ ਛੋਟਾ ਜਿਹਾ ਮਤਲਬ ਇੱਕ ਮਿੰਟ ਹਾਂ ਬਿਲਕੁਲ ਬਿਲਕੁਲ ਇੱਕ ਸੁਨੇਹਾ ਹੀ ਹੋ ਗਿਆ ਫੀਲਿੰਗ ਹੀ ਆਉ ਸੁਨੇਹਾ ਹੋ ਬਿਲਕੁਲ ਸੁਨੇਹਾ ਵੀ ਨਹੀਂ ਕਹਿ ਸਕਦਾ ਇੱਕ ਵੀ ਇੱਕ ਮਾਂ ਦੀ ਫੀਲਿੰਗ ਹੈ ਜੀ 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 ਉਹ ਚੀਜ਼ ਆ ਇੱਕ ਅਰਥ ਬਣਾ ਦੇ ਕਾ ਤੋ ਰੱਬ ਨੇ ਦੋਸੇ ਦੀ ਸਭ ਚੁੱਪ ਕਰਕੇ ਤੂੰ ਵੀ ਲਾਡ ਲੈ ਆ ਦੁੱਖ ਮੈਨੂੰ ਦਿੱਤੇ ਤੈਨੂੰ ਪਿਆ ਸੀ ਵੇ ਦੁੱਖ ਦਰ ਕੇ ਇੱਕ ਮਾਪਿਆਂ ਦੇ ਘਰੇ ਖੇਡ ਖੇਡੀ ਉਹ ਦੁਆ ਦੇ ਆਸੇ ਆਪਾਂ ਪੁੱਤਰਾ ਉਹ ਤੇਰੇ ਬਾਪੂ ਦੀ ਸ਼ਰਾਬ ਨੇ ਜਵਾਨੀ ਰੋਕੀ ਤੇਰੇ ਚਿੱਟੇ ਰੰਗ ਦੇਣਾ ਹੈ ਬੁਢਾਪਾ ਮਿੱਤਰਵਾ ਬਾਪੂ ਦੀ ਸ਼ਰਾਬ ਨੇ ਜਵਾਨੀ ਰੋਕੀ ਤੇਰੇ ਚਿੱਟੇ ਰੋਲ ਦੇਣਾ ਹੈ ਬੁਢਾਪਾ ਪੁੱਤਰ ਤੇਰੇ ਚਿੱਟੇ ਰੋਲ ਦੇਣਾ ਹੈ ਬੁਢਾਪਾ ਪੁੱਤਰਾ ਹੋ ਮੈਂ ਨੀ ਚਾਹੁੰਦੀ ਤੇਰੇ ਘਰੇ ਆਵੇ ਜੋ ਬਗਾਨੀ ਹੋ ਮੈਂ ਨੀ ਚਾਹੁੰਦੀ ਤੇਰੇ ਘਰੇ ਆਵੇ ਜੋ ਬਗਾਨੀ ਉਹ ਵੀ ਮੇਰੇ ਵਾਂਗੂ ਕਰਮਾਂ ਨੂੰ ਕੋਸਦੀ ਫਿਰੇ ਵਾਹ ਖੂਨ ਦੀ ਥਾਂ ਨਾ ਸੱਚ ਡਰਗ ਰਚ ਜਾਵੇ ਉਹਦੀ ਚੜ੍ਹਦੀ ਜਵਾਨੀ ਪਿਆਰ ਲੋਚਦੀ ਫਿਰੇ ਜਗਦੀਪ ਵੇ ਸੰਘਾਲਾ ਪਿੰਡ ਪਾਵੇ ਅਣਤਾ ਜਗਦੀਪ ਵੇ ਸੰਘਾਲਾ ਪਿੰਡ ਪਾਵੇ ਅਣਤਾ ਕਦੇ ਪੁੱਠੇ ਰਾਹੇ ਪਾਉਂਦਾ ਨਹੀਂ ਉਹ ਮਾਪਾ ਪੁੱਤਰਾ ਤੇਰੇ ਬਾਪੂ ਦੀ ਸ਼ਰਾਬ ਮੈਂ ਜਵਾਨੀ ਲੋਲਦੀ ਤੇਰੇ ਚਿੱਟੇ ਰੋਲ ਦੇਣਾ ਜਿਹੜੇ ਪੌਣੇ ਵਿੱਚ ਤੈਨੂੰ ਭੇਜਦੀ ਸੀ ਚੋਰੀ ਉਹਨਾਂ ਪੌਣਿਆਂ ਚ ਰੱਖਦੀ ਲਕੋ ਕੇ ਗਣੇ ਉਹ 6-6 ਫੁੱਟੇ ਖਾ ਗਈ ਸਿਰਿੰਜ ਡੇਡੇ ਚ ਹਲੇ ਹੋਰ ਕਿਹੜੇ ਕਿਹੜੇ ਦੁੱਖ ਸਣ ਗਏ ਮਾਪਿਆਂ ਤੋਂ ਮੋਈ ਵੇ ਮੈਂ ਜਗਦੀ ਨਾ ਹੋਈ ਮਾਪਿਆਂ ਤੋਂ ਮੋਈ ਵੇ ਮੈਂ ਜਗਦੀ ਨਾ ਹੋਈ ਰਹਿੰਦੇ ਸਾਹਾਂ ਤੱਕ ਰਹਿਣਾ ਮੈਂ ਬਗਾਨੀ ਪੁੱਤਰਾ ਤੇਰੇ ਬਾਪੂ ਦੀ ਸ਼ਰਾਬ ਨੇ ਜਵਾਨੀ ਰੋਲਦੀ ਤੇਰੇ ਚਿੱਟੇ ਰੋਲ ਦੇਣਾ ਹੈ ਬੁਢਾਪਾ ਪੁੱਤਰ ਬਾਪੂ ਦੀ ਸ਼ਰਾਬ ਨੇ ਜਵਾਨੀ ਰੋਲਦੀ ਤੇਰੇ ਚਿੱਟੇ ਰੋਲ ਦੇਣਾ ਹੈ ਬੁਢਾਪਾ ਸੋ ਪੰਜਾਬ ਨੂੰ ਬਹੁਤ ਵੱਡੀ ਅਲਾਮਤ ਹੈ ਬਹੁਤ ਵੱਡਾ ਪੰਜਾਬ ਤੇ ਜਿਹੜਾ ਕਿ ਇੱਕ ਵਾਰੀ ਗੱਲ ਕਰ ਲਈ 6ਵਾਂ ਦਰਿਆ ਵਗਿਆ ਹੋਇਆ ਜਿਸਨੇ ਪੰਜਾਬ ਦੀ ਜਵਾਨੀ ਬੁਢਾਪੇ ਹਰ ਵਰਗ ਨੂੰ ਆਪਣੀ ਚਪੇਟ 'ਚ ਲਿਆ ਹੋਇਆ ਲੋੜ ਹੈ ਇਸ ਤੋਂ ਬਚਣ ਲਈ ਖੁਦ ਜਾਗਰੂਕ ਹੋਣ ਦੀ ਤਾਂ ਜੋ ਇਸ ਜੰਗ ਨਾਲ ਇਸ ਦੀ ਜੰਗ ਲੜੀ ਜਾ ਸਕੇ ਇਸ ਤੋਂ ਬਚਿਆ ਜਾ ਸਕੇ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਸਿਰਫ ਇੰਨਾ ਹੀ ਅਗਲੀ ਵਾਰ ਇੱਕ ਨਵੇਂ ਫਨਕਾਰ ਇੱਕ ਨਵੇਂ ਕਲਾਕਾਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦੇਖਦੇ ਰਹੋ ਸਪੋਕਸਮੈਨ ਟੀਵੀ ਅਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ